ਚਲੋ ਕੇ ਮਾਰ ਲੋ ਇੱਧਰ ਸਾਰੀ ਸਰਚ ਕਰ ਰਹੇ ਸੀ, ਵਹੀਕਲ ਚੈਕਿੰਗ ਵੀ ਸੀ, ਸਾਰਾ ਕੁਛ SSP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਕਰ ਰਹੇ ਸੀ ਅਤੇ ਜੋ ਸੀਕਰਟ ਇਨਫੋਰਮੇਸ਼ਨ ਮਿਲੀ ਕਿ ਇਹ ਇੱਕ ਨਿਊ ਗ੍ਰੈਂਡ ਹੋਟਲ ਆ, ਇਹਦੇ ਵਿੱਚ ਕੁਛ ਜਿਹੜਾ ਨਾ ਕੋਈ ਬੰਦਾ ਜਿਹੜਾ ਉਹ ਗਲਤ ਧੰਦਾ ਕਰਵਾ ਰਿਹਾ, ਲੜਕੀਆਂ ਕੋਲੋਂ ਲਿਆ ਕੇ ਇੱਥੇ ਰੱਖਦਾ ਅਤੇ ਉਹ ਗਲਤ ਧੰਦਾ ਕਰਵਾਉਂਦਾ, ਅਤੇ ਜਿਸ 'ਤੇ ਅਸੀਂ ਜਿਹੜਾ ਮੈਂ ਆਪਣੇ ਸਟਾਫ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਆ, ਅਤੇ ਜਿੱਥੋਂ ਸਾਨੂੰ 10 ਲੇਡੀਜ਼ ਔਰ 4 ਆਦਮੀ ਜਿਹੜੇ ਨੇ ਲੜਕੇ ਜਿਹੜੇ ਨੇ ਉਹ ਮਿਲੇ ਨੇ, ਜਿਨ੍ਹਾਂ ਦੇ ਵਿੱਚੋਂ ਕੋਈ ਮੈਨੇਜਰ ਦੇ ਇੱਕ ਲੇਡੀ ਜਾਂ ਮੇਨ ਜਿਹੜੇ ਕਰਾ ਰਹੇ ਸੀ ਉਹ ਵੀ ਨੇ, ਅਤੇ ਉਹਨਾਂ ਨੂੰ ਅਸੀਂ ਫੜ ਲਿਆ ਜੋ ਗਲਤ ਹਾਲਤ ਦੇ ਵਿੱਚ ਸੀ, ਮਤਲਬ ਵੱਖਰੇ ਵੱਖਰੇ ਰੂਮ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕੁਛ ਕਿੰਨੇ ਤੋਂ ਕੁਛ ਬੈਠੇ ਸੀ, ਜਿਨ੍ਹਾਂ ਨੂੰ ਅਸੀਂ ਕਾਬੂ ਕੀਤਾ ਅਤੇ ਉਹਨਾਂ ਦੇ ਖਿਲਾਫ਼ ਅਸੀਂ ਕਾਰਵਾਈ ਜਿਹੜੀ ਉਹ ਕਰ ਰਹੇ ਹਾਂ। ਹਾਂ, ਇਹ ਪਹਿਲਾਂ ਕਿਸੇ ਹੋਰ ਉਹਨਾਂ ਅੱਗੇ ਠੇਕੇ 'ਤੇ ਦਿੱਤਾ ਹੋਇਆ, ਇਹ ਅਸੀਂ ਤਫਤੀਸ਼ ਦੇ ਦੌਰਾਨ ਸਾਨੂੰ ਸਾਰੀ ਗੱਲ ਪਤਾ ਲੱਗ ਜਾਏਗੀ। ਅਜੇ ਮੈਨੂੰ ਜ਼ਿਆਦਾ ਪਤਾ ਨਹੀਂ ਵੀ ਹੋਟਲ ਹੈ ਕਿਹਨਾਂ ਦਾ ਸੀ, ਅੱਗੋਂ ਕਿਸ ਬੰਦੇ ਨੂੰ ਉਹਨਾਂ ਨੇ ਦਿੱਤਾ ਸੀ, ਪਰ ਜੋ ਬੰਦਾ ਸਾਨੂੰ ਉੱਥੇ ਮਿਲਿਆ ਉਹ ਜਸਬੀਰ ਸਿੰਘ ਸੀ, ਸਨ ਆਫ ਅਜਾਗਰ ਸਿੰਘ ਜਿਹੜਾ ਇਹਦਾ ਮੈਨੇਜਰ ਸੀ ਉੱਥੇ, ਜਿਹੜਾ ਇਹ ਕੰਮ ਕਰਵਾ ਰਿਹਾ ਸੀ। ਨਾਲ ਇੱਕ ਲੇਡੀ ਹੈ ਸੁਸ਼ਮਾ ਪੁੱਤਰੀ ਮਦਨ ਲਾਲ, ਸ਼ਾਇਦ ਜਲੰਧਰ ਦੀ ਆ, ਇਹ ਰਲ ਕੇ ਇਹ ਕੰਮ ਕਰਦੇ ਸੀ। ਬਾਕੀ ਜਿਹੜਾ ਉਹ ਤਫਤੀਸ਼ ਦੇ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸੀ। ਚਲੋ, ਮੈਨੂੰ ਤਾਂ ਅਜੇ 2 ਦਿਨ ਹੀ ਹੋਏ ਨੇ ਨਵਾਂ ਆਇਆ ਇੱਥੇ, ਪਿਛਲੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿ ਉਹ ਕੀ ਹੋਇਆ ਕੀ ਨਹੀਂ ਹੋਇਆ। ਮੈਂ ਤਾਂ ਆਪਣੇ ਟਾਈਮ ਦੀ ਗੱਲ ਜ਼ਰੂਰ ਕਰਾਂਗਾ ਜੇ ਮੇਰੇ ਨੋਟਿਸ 'ਚ ਆਈ ਆ ਸਾਹਿਬ ਦੀਆਂ ਹਦਾਇਤਾਂ ਨੇ ਕਿ ਸਪੈਸ਼ਲ ਹਦਾਇਤਾਂ ਸੀ ਕਿ ਚੈੱਕ ਕੀਤਾ ਜਾਏ ਸਾਰਾ ਕੁਛ, ਅਤੇ ਅਸੀਂ ਕਰ ਰਹੇ ਸੀ ਅਤੇ ਸਾਨੂੰ ਇਨਫੋਰਮੇਸ਼ਨ ਮਿਲੀ, ਅਸੀਂ ਰੇਡ ਕੀਤਾ ਔਰ ਫੜ ਲਏ। ਨਹੀਂ, ਇਹਦੇ ਬਾਰੇ ਸਾਨੂੰ ਅਜੇ ਗਾਂ ਅਸੀਂ ਤਫਤੀਸ਼ ਦੇ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਏਗੀ ਤੁਹਾਡੇ ਨੋਟਿਸ ਜ਼ਰੂਰ ਲਿਆਵਾਂਗੇ। ਅਸੀਂ ਕਾਰਵਾਈ ਜੋ ਬਣਦੀ ਕਾਰਵਾਈ ਉਹ ਅਮਲ 'ਚ ਲਿਆ ਰਹੇ ਹਾਂ, ਕਾਰਵਾਈ ਕਰ ਰਹੇ ਹਾਂ।